ਸੰਗਰੂਰ ਵਿਖੇ ਕੱਚੇ ਅਧਿਆਪਕ ਬਹੁਤ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਨੂੰ ਸਰਕਾਰ ਘਰ ਘਰ ਨੌਕਰੀ ਤਹਿਤ ਕੀਤੇ ਵਾਅਦੇ ਨੂੰ ਲੈ ਕੇ ਨੌਕਰੀ ਦੇਵੇ ਪਰ ਦੱਸਦੀ ਹੈ ਕਿ ਇਸ ਨੂੰ ਲੈ ਕੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਲਗਾਤਾਰ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੂੰ ਘੇਰਦੇ ਆ ਰਹੇ ਨੇ ਪਰ ਇੱਕ ਵਾਰ ਫਿਰ ਉਹਨਾਂ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਨਾਲ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਦਾ ਘਿਰਾਅ ਕੀਤਾ ਤੇ ਜ਼ਬਰਦਸਤ ਹੰਗਾਮਾ ਕੀਤਾ ਦੱਸਦੀਏ ਕਿ ਆਪ ਸਮਰਥਕਾਂ ਅਤੇ ਕੱਚੇ ਦੇ ਅਧਿਆਪਕਾਂ ਨੇ ਇਕੱਠੇ ਹੋ ਕੇ ਜਿੱਥੇ ਪੁਲਿਸ ਦੇ ਲਗਾਏ ਗਏ ਬੈਰੀਗੇਟਸ ਤੋੜ ਦਿੱਤੇ ਗਏ ਉੱਥੇ ਜ਼ਬਰਦਸਤ ਹੰਗਾਮਾ ਕੀਤਾ ਤੇ ਲਗਾਤਾਰ ਵਿਜੇਂਦਰ ਸਿੰਗਲਾ ਦੀ ਕੋਠੀ ਵੱਲ ਕੂਚ ਕਰਦੇ ਦਿਖਾਈ ਦਿੱਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਵੀ ਇਸ ਮੌਕੇ ਸਾਥ ਹਨ ਦੇਖੋ ਜੀ ਸਾਢੇ ਚਾਰ ਸਾਲ ਹੋ ਗਏ ਜਿਹੜੇ ਪੰਜਾਬ ਦੇ ਨੌਜਵਾਨ ਨੇ ਲਗਾਤਾਰ ਧਰਨੇ ਲਾ ਰਹੇ ਆ ਲਗਾਤਾਰ ਸੜਕਾਂ ਤੇ ਆ ਸਾਢੇ ਚਾਰ ਕੀ ਪਹਿਲੇ ਦਸ ਸਾਲ ਸੀ ਜਦੋਂ ਅਕਾਲੀ ਭਾਜਪਾ ਸਰਕਾਰ ਚ ਉਦੋਂ ਵੀ ਜਿਹੜੇ ਅੱਜ ਸਰਫਾਸ ਦੀਆਂ ਸਾਡੀਆਂ ਧੀਆਂ ਗੋਲੀਆਂ ਖਾ ਰਹੀਆਂ ਨੇ ਜਿਹੜੇ ਟਾਵਰਾ ਚੜੇ ਹੋਏ ਉਦੋਂ ਵੀ ਸੰਘਰਸ਼ ਕਰ ਰਹੇ ਸੀਗੇ ਤੇ ਉਦੋਂ ਉਹ ਜਦੋਂ ਧਰਨੇ ਲਾਉਂਦੇ ਹੁੰਦੇ ਸੀ ਉਹਨਾਂ ਧਰਨਿਆਂ ਚ ਕੈਪਟਨ ਅਮਰਿੰਦਰ ਸਿੰਘ ਜਾਂਦੇ ਸੀ ਇੱਕ ਧਰਨੇ ਚ ਤੇ ਕਹਿੰਦੇ ਸੀ ਵੀ ਸਰਕਾਰ ਆਉਣ ਦੋ ਤੁਹਾਨੂੰ ਸਾਰਿਆਂ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਚ ਪੱਕਾ ਕਰੂੰਗਾ ਉਦਣ ਜਿਹੜੀ ਸਾਡੀ ਧੀ ਉੱਥੇ ਮੋਹਾਲੀ ਜੀ ਨੇ ਸਰਫਾਸ ਖਾਧੀ ਹੈ ਹੁਣ ਵੀ ਜਿਹੜੇ ਧਰਨੇ ਤੇ ਬੈਠੇ ਆ ਜਿਹੜੇ 18 ਸਾਲਾਂ ਤੋਂ ਲਗਾਤਾਰ ਕੋਈ 5000 ਤੇ ਪੜਾ ਰਿਹਾ ਕੋਈ 6000 ਤੇ ਪੜਾ ਰਿਹਾ ਕੋਈ 10000 ਤੇ ਪੜਾ ਰਿਹਾ 18-18 ਸਾਲਾਂ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਵਾਰੀ ਉਹਨਾਂ ਦੇ ਧਰਨੇ ਚ ਗਏ ਤਾਂ ਉਹਨਾਂ ਨੇ ਦੱਸਿਆ ਮੈਂ ਜਾ ਕੇ ਆਇਆ ਉਹ ਵੀਡੀਓ ਵੀ ਪਈ ਆ ਯੂਟਿਊਬ ਤੇ ਉਹਨਾਂ ਦੇ ਧਰਨੇ ਜਾ ਕੇ ਕਹਿੰਦੇ ਤੁਹਾਡੇ ਨਾਲੋਂ ਜ਼ਿਆਦਾ ਤਨਖਾਹ ਤਾਂ ਮੇਰੇ ਮਾਲੀ ਦੀ ਹੈ ਮੇਰੀ ਸਰਕਾਰ ਆਉਣ ਤੋਂ ਪਹਿਲੀ ਮੀਟਿੰਗ ਤੁਹਾਨੂੰ ਸਾਰਿਆਂ ਨੂੰ ਪੱਕਾ ਕਰੂੰਗਾ ਜਦ 4.5 ਸਾਲ ਹੋ ਗਏ ਕਦੇ ਉਹ ਨਹਿਰਾਂ 'ਚ ਛਾਲਾਂ ਮਾਰਦੇ ਆ ਕਦੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਜਾਂਦੇ ਆ ਚਾਹੇ ਮੰਤਰੀ ਸਾਹਿਬ ਦੀ ਕੋਠੀ ਮੂਹਰੇ ਆਉਣ ਚਾਹੇ ਮੁੱਖ ਮੰਤਰੀ ਦੇ ਘਰ ਮੂਹਰੇ ਜਾਣ ਡਾਕਾ ਲਾ ਕੇ ਤੋੜ ਦਿੰਦੇ ਆ ਕਸੂਰ ਕੀ ਹੈ 20 ਲੋਕਾਂ ਦਾ ਤੁਸੀਂ ਦਵਾ ਖਾਧੀਆਂ ਸੀ ਨਾ ਤੁਸੀਂ ਵਾਅਦੇ ਕੀਤੇ ਸੀ ਤੁਹਾਨੂੰ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਪੜ੍ਹਾ ਵੀ ਰਹੇ ਆ ਉਹਨਾਂ ਨੂੰ ਤਾਂ ਪੱਕਾ ਕਰਨ ਦਾ ਤੁਹਾਡੇ ਕੋਲੇ ਕੋਈ ਪ੍ਰਬੰਧ ਹੈ ਨਹੀਂ ਤੇ ਆਪਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਤੁਸੀਂ ਕਿਹਨੂੰ ਡਿਪਟੀ ਲਾ ਰਹੇ ਹੋ ਕਿਸੇ ਨੂੰ ਥਾਣੇਦਾਰ ਲਾ ਰਹੇ ਹੋ ਕਿਸੇ ਨੂੰ ਤਹਿਸੀਲਦਾਰ ਲਾ ਰਹੇ ਹੋ ਤੇ ਜਿਹੜੇ ਅਸਲੀ ਹੱਕਦਾਰ ਨੇ ਉਹਨਾਂ ਨੂੰ ਤੁਸੀਂ ਡਾਂਗਾ ਲਾਉਣੇ ਹੋ ਉਹਨਾਂ ਤੇ ਕਹਿੰਦੀ ਤਰਸ ਦੇ ਆਧਾਰ ਤੇ ਲਾਉਂਦੇ ਜੀ ਇੰਸਪੈਕਟਰ ਮੇਰਾ ਨਾਮ ਮਨਦੀਪ ਕੌਰ ਰਾਮਗੜੀ ਹੈ ਜੀ ਮੈਂ ਬਠਿੰਡਾ ਸ਼ਹਿਰੀ ਤੋਂ ਬਿਲੋਂਗ ਕਰਦੀ ਹੈਗੀ ਇੱਥੇ ਅਸੀਂ ਸਾਰੇ ਜਾਣੇ ਵਿਜੇਂਦਰ ਸਿੰਗਲਾ ਜਿਹੜੇ ਹੈਗੇ ਨੇ ਸਾਡੇ ਸਿੱਖਿਆ ਮੰਤਰੀ ਉਹਨਾਂ ਦੇ ਘਰ ਦਾ ਘਰਾਓ ਕਰਨ ਆਏ ਆ ਤਾਂ ਕਿ ਜੋ ਜਿਹੜੇ ਅਧਿਆਪਕ ਨੇ ਸਾਡੇ ਇੰਨੇ ਦਿਨਾਂ ਤੋਂ ਪਰੇਸ਼ਾਨ ਨੇ ਇੰਨਾ ਇੰਨਾ ਟਾਈਮ ਹੋ ਗਿਆ 20-20 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਪੁਤਲਾ ਫੂਕਾਂਗੇ ਤੇ ਉਹਨਾਂ ਦੇ ਹੱਕ ਉਹਨਾਂ ਨੂੰ ਦਵਾਵਾਂਗੇ ਸਾਡੀ ਅਸੀਂ ਆ ਸਕਦੇ ਹਾਂਗੇ ਸਾਨੂੰ ਕਿਵੇਂ ਰੋਕ ਦੇਣਗੇ ਇਹ ਬਿਲਕੁਲ ਸਾਡੇ ਸਾਰੇ ਸਾਥੀ ਸਾਡੇ ਨਾਲ ਨੇ